ਸੋ ਫਸਟ ਕੁਐਸਚਨ ਤੁਹਾਡਾ ਹੈਗਾ ਆ ਕਿ ਔਰਤ ਆਧੁਨਿਕ ਔਰਤ ਜਿਹੜੀ ਹੈਗੀ ਆ ਹੁਣ ਸਮਾਜ ਦੇ ਵਿੱਚ ਉਹਦੀ ਕੀ ਥਾਂ ਹੈਗੀ ਆ ਔਰਤ ਦੀ ਥਾਂ ਜਿਹੜੀ ਹੈਗੀ ਆ ਉਹ ਬੰਦੇ ਦੇ ਬਰਾਬਰ ਹੀ ਹੈ ਵੀ ਜਿਸ ਤਰ੍ਹਾਂ ਘਰ ਵਾਲਾ ਆ ਕੰਮ 'ਤੇ ਜਾਂਦੇ ਆ ਉਸੇ ਤਰ੍ਹਾਂ ਉਹਨੂੰ ਵੀ ਪੂਰਾ ਸਾਥ ਦੇਣਾ ਚਾਹੀਦਾ ਆ ਅਤੇ ਕੰਮ ਕਰਨ ਦੇ ਨਾਲ ਸਾਨੂੰ ਕਿੰਨੀਆਂ ਹੋਰ ਵੀ ਚੀਜ਼ਾਂ ਦਾ ਪਤਾ ਲੱਗਦਾ ਪਹਿਲੇ ਅਸੀਂ ਘਰ ਦੇ ਕੰਮਾਂ ਵਿੱਚ ਹੀ ਬਿਜ਼ੀ ਸੀਗੇ ਕਦੀ ਸੋਚਿਆ ਹੀ ਨਹੀਂ ਸੀ ਵੀ ਘਰੋਂ ਬਾਹਰ ਵੀ ਨਿਕਲਾਂਗੇ ਪਰ ਹੁਣ ਕੰਮ ਕਰਦੇ ਹਾਂ ਤਾਂ ਆਪਣੇ ਆਪ 'ਚ ਇੱਕ ਕੌਨਫੀਡੈਂਸ ਆਉਂਦਾ ਹੈ ਹਾਂਜੀ ਤੁਹਾਨੂੰ ਲੱਗਦਾ ਕਿ ਔਰਤ ਦੇ ਫਰਜ਼ ਕੀ ਨੇ ਘਰ ਦੇ ਵਿੱਚ ਜਦੋਂ ਉਹ ਕੰਮ ਕਾਰ ਕਰਦੇ ਨੇ ਕਿਹੜੇ ਕਿਹੜੇ ਫਰਜ਼ ਨੇ ਔਰਤ ਦਾ ਫਰਜ਼ ਹੈਗਾ ਬੱਚਿਆਂ ਨੂੰ ਆਪਣੇ ਕਲਚਰ ਬਾਰੇ ਸੱਭਿਆਚਾਰ ਬਾਰੇ ਦੱਸਣਾ ਜੇ ਅਸੀਂ ਬਾਹਰ ਵੀ ਰਹਿੰਦੇ ਹਾਂ ਤਾਂ ਸਾਡੇ ਬੱਚਿਆਂ ਨੂੰ ਸਾਡੇ ਸੱਭਿਆਚਾਰ ਬਾਰੇ ਪਤਾ ਹੋਣਾ ਚਾਹੀਦਾ ਅਤੇ ਮੇਰੇ ਬੱਚੇ ਤਾਂ ਪੜ੍ਹੇ ਪੰਜਾਬ ਦੇ ਵਿੱਚ ਹੈ ਅਤੇ ਉਹਨਾਂ ਨੂੰ ਕਲਚਰ ਬਾਰੇ ਪਤਾ ਵੀ ਹੈ ਫਿਰ ਵੀ ਅਸੀਂ ਉਹਨਾਂ ਨੂੰ ਜਿੱਦਾਂ ਵੱਡਿਆਂ ਨੇ ਸਾਨੂੰ ਸਿਖਾਇਆ ਅਸੀਂ ਵੀ ਬੱਚਿਆਂ ਨੂੰ ਦੱਸੀਦਾ ਇੱਦਾਂ ਨਹੀਂ ਇੱਦਾਂ ਕਰਨਾ ਇੱਦਾਂ ਨਹੀਂ ਇੱਦਾਂ ਔਰ ਖੁਸ਼ਕਿਸਮਤ ਆ ਵੀ ਬੱਚੇ ਕਰਦੇ ਵੀ ਉੱਦਾਂ ਹੀ ਆ ਜਿੱਦਾਂ ਅਸੀਂ ਕਹਿੰਦੇ ਹਾਂ ਜੀ ਬਹੁਤ ਵਧੀਆ ਤੁਸੀਂ ਕੀ ਤਿਆਰ ਕਰਕੇ ਆਏ ਹੋ ਮੈਂ ਜੀ ਇੱਕ ਗਾਣਾ ਗਾਉਂਗੀ ਪੰਜਾਬੀ ਜ਼ਰੂਰ ਹੀ ਗਾਣਾ ਗਾਇਆ ਹਾਂਜੀ ਕਿਹੜਾ ਗਾਣਾ ਗਾਉਂਗੇ ਤੁਸੀਂ ਅੱਜ ਗਾਣਾ ਹੈਗਾ ਜੀ ਕੰਗੀ ਵਾਵਾਂ ਤੇ ਦੁੱਖਣ ਮੇਰੇ ਵਾਲ ਨਹੀਂ ਮਾਏ ਹਾਂ ਬਹੁਤ ਕੰਗੀ ਵਾਵਾਂ ਤੇ ਦੁੱਖਣ ਮੇਰੇ ਵਾਲ ਨਹੀਂ ਮਾਏ ਕੰਗੀ ਵਾਵਾਂ ਤੇ ਦੁੱਖਣ ਮੇਰੇ ਵਾਲ ਨਹੀਂ ਮਾਏ ਮੈਂ ਤਾਂ ਹੋ ਗਈ ਆ ਹਾਲੋ ਬੇਹਾਲ ਨਹੀਂ ਮਾਏ ਮੈਂ ਤਾਂ ਹੋ ਗਈ ਆ ਹਾਲੋ ਬੇਹਾਲ ਨਹੀਂ ਮਾਏ ਕੰਗੀ ਵਾਵਾਂ ਤੇ ਦੁੱਖਣ ਮੇਰੇ ਵਾਲ ਨਹੀਂ ਮਾਏ ਸ਼ੀਰੇ ਵਾਲਾ ਜਦ ਆਇਆ ਮੈਨੂੰ ਲੈਣ ਨਹੀਂ ਮਾਏ ਬਹੁਤ ਨਾਈਸ ਥੈਂਕ ਯੂ ਮੇਰੇ ਬਹੁਤ ਪਸੰਦ ਆਇਆ ਬਹੁਤ ਨਾਈਸ ਬਹੁਤ ਸੋਹਣੀ ਆਵਾਜ਼ ਆ ਬਹੁਤ ਸੋਹਣਾ ਗਾਇਆ ਔਰ ਗਾਣਾ ਵੀ ਬਹੁਤ ਵਧੀਆ ਚੂਜ਼ ਕੀਤਾ ਥੈਂਕ ਯੂ ਜੀ ਵੈਰੀ ਨਾਈਸ ਤੁਸੀਂ ਅੱਗੇ ਵੀ ਗਾਣੇ ਗਾਉਂਦੇ ਹੁੰਦੇ ਸੀ ਜਿਹੜਾ ਸ਼ੀਸ਼ੇ ਦੇ ਮੋਹਰੇ ਨਹੀਂ ਤਾਂ ਫਾਂਬੀ ਦੇ ਮੋਹਰੇ ਕਰ ਦਿੰਦੇ ਸੀ ਨਹੀਂ ਕਰਦਾ ਕੰਮ ਕਰਦੇ ਝਾੜੂ ਪੋਚਾ ਫੇਰਦੇ ਰਸੋਈ 'ਚ ਕਰਦੇ ਇੱਕ ਵਾਰੀ ਇਸ ਤਰ੍ਹਾਂ ਹੀ ਮੈਂ ਗਾ ਰਹੀ ਸੀ ਤਾਂ ਮੈਂ ਟੇਪ ਲਗਾ ਲੈਣੀ ਅਤੇ ਮੈਂ ਟੇਪ ਨਹੀਂ ਲਗਾਈ ਮੈਂ ਇੱਦਾਂ ਹੀ ਗਾ ਰਹੀ ਸੀ ਤਾਂ ਮੇਰੇ ਮਾਸੜ ਜੀ ਕਹਿੰਦੇ ਲਾ ਲਿਆ ਮਾਸੜ ਮੈਂ ਕਿਹਾ ਨਹੀਂ ਮਾਸੀ ਬੋਲ ਰਹੀ ਇਹ ਹੈ ਵੀ ਮੈਨੂੰ ਸ਼ੌਂਕ ਸੀਗਾ ਗਾਉਣ ਦਾ ਮਨ 'ਚ ਹੀ ਰਿਹਾ ਅਤੇ ਹੁਣ ਅੱਜ ਮੌਕਾ ਮਿਲਿਆ ਅਤੇ ਬਹੁਤ ਨਾਈਸ ਕੀਤਾ ਗੱਲ ਕੁਛ ਵੀ ਨੀ ਹੋਈ ਸੀ ਘਰ ਵਾਲੇ ਨੇ ਕਿਹਾ ਕੱਪੜੇ ਪ੍ਰੈਸ ਕਰਦੇ ਉਹ ਕਹਿੰਦੀ ਮੈਂ ਨੀ ਕਰਨੇ ਉਹ ਕਹਿੰਦੀ ਮੈਂ ਨੀ ਕਰਨੇ ਤੇ ਉਹ ਕਹਿੰਦਾ ਵੀ ਭਾਈ ਇੱਕ ਜਣਾ ਤਾਂ ਕਰ ਦੋ ਕਹਿੰਦੀ ਮੈਂ ਕਿਤੇ ਜਾਣਾ ਉਹ ਕਹਿੰਦੀ ਮੈਂ ਕਿਤੇ ਜਾਣਾ ਤੇ ਉਹ ਆਪਸ ਵਿੱਚ ਇੱਕ ਦੂਜੇ ਨੂੰ ਗਾਲਾਂ ਕੱਢ ਰਹੀਆਂ ਸੀਗੀਆਂ ਅਤੇ ਘਰ ਵਾਲਾ ਬਥੇਰੀਆਂ ਅੱਖਾਂ ਵੀ ਕੱਢ ਰਿਹਾ ਸੀਗਾ ਬਟ ਉਹਨੂੰ ਕਹਿ ਰਹੀ ਹੈ ਕਾਲੇ ਮੂੰਹ ਵਾਲੀ ਉਹਨੂੰ ਕਹਿ ਰਹੀ ਹੈ ਫਿਟੇ ਮੂੰਹ ਤੇਰਾ ਜਾਂ ਕਿਸ ਤਰ੍ਹਾਂ ਅਤੇ ਉਹ ਦੂਜਿਆਂ ਨੂੰ ਪੁੱਛਦੀ ਕਿੱਦਾਂ ਮੇਰਾ ਕਾਲਾ ਮੂੰਹ ਲੱਗਦਾ ਹੈ ਕਹਿੰਦੀ ਨਹੀਂ ਨਹੀਂ ਬਹੁਤ ਸੋਹਣੀ ਗੋਰੀ ਚਿੱਟੀ ਹੈ ਤੂੰ ਅਤੇ ਇਸ ਤਰ੍ਹਾਂ ਕਰਦਿਆਂ ਕਰਦਿਆਂ ਉਹ ਕੁੜ ਕੁੜ ਕਰਦੀਆਂ ਬੋਲਦੀਆਂ ਬੋਲਦੀਆਂ ਆਪਣੇ ਅੰਦਰ ਚਲੀਆਂ ਗਈਆਂ ਪੁੱਛਾਂਗੀ ਤੁਹਾਡਾ ਫੇਵਰਟ ਫੀਮੇਲ ਸਿੰਗਰ ਕੌਣ ਹੈਗੀ ਆ ਅਤੇ ਤੁਸੀਂ ਉਹਨਾਂ ਦਾ ਕੁਛ ਗੀਤ ਸਾਨੂੰ ਸੁਣਾਉਣਾ ਸੀ ਤੁਹਾਡੀ ਵਾਰ ਮੇਰੀ ਫੀਮੇਲ ਸਿੰਗਰ ਜਿਹੜੀ ਹੈਗੀ ਆ ਉਹ ਲਤਾ ਮੰਗੇਸ਼ਕਰ ਹੈ ਜੀ ਅਤੇ ਮੈਂ ਉਹਨਾਂ ਨੂੰ ਕਾਫੀ ਫੋਲੋ ਕਰਦੀ ਰਹੀ ਹਾਂ ਮੈਂ ਸੰਗੀਤ ਸਿੱਖਿਆ ਵੀ ਨਹੀਂ ਹੋਇਆ ਲਿਆ ਵੀ ਨਹੀਂ ਸੀਗਾ ਬਟ ਮੈਨੂੰ ਗਾਣੇ ਉਹਨਾਂ ਦੇ ਬਹੁਤ ਚੰਗੇ ਲੱਗਦੇ ਕਿਉਂਕਿ ਪਹਿਲੇ ਗਾਣੇ ਬਹੁਤ ਸਾਫ਼ ਸੁਥਰੇ ਸੀਗੇ ਉਹਨਾਂ ਦਾ ਕੁਛ ਮੀਨਿੰਗ ਹੁੰਦਾ ਸੀ ਅੱਜ ਦੇ ਗਾਣੇ 4 ਦਿਨ ਚੰਗੇ ਲੱਗਦੇ 5ਵੇਂ ਦਿਨ ਸਾਨੂੰ ਚੰਗੇ ਹੀ ਨਹੀਂ ਲੱਗਦੇ ਉਹਨਾਂ ਦੇ ਵਰਡ ਹੀ ਸਾਨੂੰ ਹੋਰ ਤਰ੍ਹਾਂ ਲੱਗਦੇ ਆ ਸ਼ੀਸ਼ਾ ਹੋ ਯਾ ਦਿਲ ਹੋ ਸ਼ੀਸ਼ਾ ਹੋ ਯਾ ਦਿਲ ਹੋ ਆਖਿਰ ਟੂਟ ਜਾਤਾ ਹੈ ਟੂਟ ਜਾਤਾ ਹੈ ਟੂਟ ਜਾਤਾ ਹੈ ਨੈਕਸਟ ਕੁਐਸਚਨ ਹੈਗਾ ਆ ਕਿਹੜਾ ਐਨੀਮਲ ਰਿਪ੍ਰੈਜ਼ੈਂਟ ਕਰਦਾ ਪੰਜਾਬ ਨੂੰ ਸ਼ੇਰ ਮੋਰ ਥੈਂਕ ਯੂ ਸੋ ਮਚ ਤੁਹਾਡਾ ਥਰਡ ਕੁਐਸਚਨ ਬਸੰਤ ਪੰਚਮੀ ਦਾ ਕਲਰ ਕਿਹੜਾ ਪਹਿਚਾਣ ਕਰਾਉਂਦਾ ਵਿੱਚ ਕਲਰ ਪੀਲਾ ਰੰਗ
ਬਹੁਤ ਵਧੀਆ ਬਹੁਤ ਵਧੀਆ ਪਰਫਾਰਮੈਂਸ ਸੀ ਬਹੁਤ ਸੋਹਣਾ ਗਾਇਆ ਤੁਸੀਂ ਸੋ ਕੌਨਫੀਡੈਂਸ ਵੀ ਹੈ ਤੁਹਾਡੇ ਵਿੱਚ ਵੈਰੀ ਗੁੱਡ ਬਹੁਤ ਵਧੀਆ ਅਤੇ ਸਮਾਈਲ ਸਭ ਤੋਂ ਵੱਡੀ ਗੱਲ ਕਿ ਹੱਸਦੇ ਰਹਿੰਦੇ ਹੋ ਸੋ ਮੈਂ ਕਹਿੰਦੇ ਹੁੰਦੇ ਕਿ ਪੰਜਾਬੀਆਂ ਦੀ ਅਸਲੀ ਪਹਿਚਾਣ ਜਿਹੜੀ ਹੈਗੀ ਆ ਉਹਨਾਂ ਦਾ ਹਾਸਾ ਮਜ਼ਾਕ ਜਿਹੜਾ ਉਹਨਾਂ ਦਾ ਸੁਆਹ ਹੈਗਾ ਉਹਦੇ ਤੋਂ ਹੀ ਹੁੰਦੀ ਆ ਸੋ ਜਿੱਦਾਂ ਹਮੇਸ਼ਾ ਗੱਲ ਅਸੀਂ ਕਰਦੇ ਹਾਂ ਕਿ ਆਪਣੇ ਪਰਿਵਾਰ ਦਾ ਜਿਹੜਾ ਹੁੰਦਾ ਮੁਖੀ ਹੁੰਦਾ ਸੋ ਉਹ ਪਰਿਵਾਰ ਨੂੰ ਦੇਖਦਾ ਆ ਕਰਦਾ ਆ ਸੋ ਮੇਰੇ ਕੋਲ ਕੁਐਸਚਨ ਹੈਗਾ ਇੱਕ ਫੈਮਿਲੀ ਦੇ ਨਾਲ ਰਿਲੇਟਡ ਹੀ ਕਿ ਤੁਹਾਡੇ ਪਿਤਾ ਜਿਹੜੇ ਪਤੀ ਆ ਉਹਨਾਂ ਦੇ ਪਿਤਾ ਅਤੇ ਮਾਤਾ ਤੁਹਾਡੇ ਕੀ ਲੱਗਦੇ ਬਾਬਾ ਸਹੁਰਾ ਦਾਦੀ ਸੱਸ ਉਹ ਬਾਬਾ ਸਹੁਰਾ ਤੇ ਦਾਦੀ ਸੱਸ ਜਿੱਦਾਂ ਮੇਰੇ ਹਸਬੈਂਡ ਦੇ ਜਿਹੜੇ ਡੈਡੀ ਉਹਨਾਂ ਦੇ ਗਾਂ ਜਿਹੜੇ ਡੈਡੀ ਆ ਮੇਰੇ ਬਾਬਾ ਸਹੁਰਾ ਲੱਗੇ ਨਾ ਤੇ ਉਹਨਾਂ ਦੇ ਵਾਈਫ ਜਿਹੜੇ ਉਹ ਮੇਰੇ ਦਾਦੀ ਸੱਸ ਲੱਗੇ ਤੁਸੀਂ ਕਿਹਦੇ ਬਾਅਦ ਤੁਸੀਂ ਦੇਖ ਕੇ ਸੋਚਦੇ ਆ ਤਾਂ ਇਹ ਮੈਨੂੰ ਸਟਰੋਂਗ ਕਰਦੇ ਮੇਰੇ ਹਸਬੈਂਡ ਕਾਹਤੇ ਰੀਜ਼ਨ ਕੀ ਆ ਓਬਵੀਅਸਲੀ ਉਹ ਤਾਂ ਤੁਹਾਡਾ ਹਸਬੈਂਡ ਆ ਉਹ ਤਾਂ ਮੈਂ ਸਮਝਦੀ ਆ ਪਰ ਕੋਈ ਗੱਲ ਵੀ ਨਹੀਂ ਪਿੱਛੇ ਨਹੀਂ ਵੀ ਵਧੀਆ ਨੇਚਰ ਆ ਉਹਨਾਂ ਦੀ ਕਦੀ ਕਿਸੇ ਗੱਲ ਤੋਂ ਨਹੀਂ ਰੋਕਿਆ ਹਾਂਜੀ ਅਤੇ ਮੈਂ ਕੁਛ ਵੀ ਗੱਲ ਕਰਦੀ ਹਾਂ ਉਹਨੂੰ ਸਮਝਦੇ ਆ ਮੰਨਦੇ ਆ ਅਤੇ ਮੈਂ ਵੀ ਮੰਨਦੀ ਹਾਂ ਜਿੱਦਾਂ ਕਹਿੰਦੇ ਆ ਅੱਜ ਤੁਹਾਡਾ ਹਸਬੈਂਡ ਕੀ ਸੋਚਿਆ ਸੀ ਤੁਸੀਂ ਅੱਜ ਆਏ ਮਿਸਿਸ ਵਰਲਡ ਪੰਜਾਬ ਬਣੀ ਕਹਿੰਦੇ ਆਡੀਸ਼ਨ ਕਰਦੇ ਆ ਉਹਨਾਂ ਦਾ ਕੀ ਸੀ ਅੰਦਰ ਖਿਆਲ ਮੈਂ ਜਿਸ ਵੇਲੇ ਸਾਰਾ ਕੁਛ ਰੈਡੀ ਕਰ ਲਿਆ ਬਾਅਦ 'ਚੋਂ ਮੈਂ ਕਿਹਾ ਸਿਨੂਰ ਪਾਪਾ ਨੂੰ ਪੁੱਛ ਲਈਏ ਕਹਿੰਦੀ ਮੰਮਾ ਬੜੀ ਮਿੱਠੀ ਆਵਾਜ਼ ਹੈ ਥੈਂਕ ਯੂ ਵੈਰੀ ਮਚ ਐਂਡ ਵੈਰੀ ਬੈਸਟ ਆਫ ਲੱਕ ਥੈਂਕ ਯੂ ਜੀ